परमात्मा सुनूंगा खबर साडा मुड़ के आ जाए। हीरा से तो साडे पिंड वास्ते हीरे ही मच गए साडे। ਸਾਡਾ ਦੀ ਨਾਂ ਰੋਸ਼ਨ ਕਰਨ ਸੀ ਬਸ ਤੇਰੀ ਮੈਂ ਇਟਲੀ ਤੋਂ ਆਇਆ 11.5 ਸਾਲਾਂ ਬਾਅਦ ਇੰਡੀਆ ਬਾਈ ਨੂੰ ਮਿਲਣਾ ਮੇਰਾ ਇੱਕ ਡ੍ਰੀਮ ਸੀ ਤੇ ਬਾਈ ਦੇ ਨਾਂ ਦੇ ਟੈਟੂ ਹੀ ਰਹੇ ਮੈਂ ਉਸ ਸਿੱਧੂ ਨੂੰ ਪਤਾ ਲੈਂਦੀ ਨਹੀਂ ਸੀ ਇਸ ਤੱਕ ਗੱਗੂ ਹੀ ਕਹਿ ਰਹੇ ਕੀ ਕਹਿੰਦੇ ਬੀਬੀ ਗੱਗੂ ਕਾ ਹੁਣ ਪਤਾ ਲੱਗਾ ਸੀ ਸਾਨੂੰ ਉਹਦੇ ਪੱਕੇ ਨਾਂ ਦਾ ਤੁਸੀਂ ਤਾਂ ਗੱਗੂ ਕਹਿ ਕੇ ਬੁਲਾਉਂਦੇ ਸੀ ਜੇ ਸਾਨੂੰ ਲੱਗਦਾ ਨਹੀਂ ਸੀ ਗਾਇਕ ਸਾਨੂੰ ਤਾਂ ਆਮ ਹੀ ਲੱਗਦਾ ਸੀ ਵੀ ਆਮ ਹੀ ਗੱਗੂ ਕਰਦਾ ਜਿਹਦੇ ਬਾਹਰੋਂ ਆਉਂਦਾ ਸਾਡੇ ਬੱਚਿਆਂ ਨਾਲ ਚੌੜ ਕਰਦਾ ਉਹਨਾਂ ਤੋਂ ਚੀਜ਼ਾਂ ਖਾਉਂਦਾ ਉਹ ਕਰਦਾ ਖੇਡਦਾ ਬਾਹਲਾ ਮੋਹ ਸੀ ਸਾਡਾ ਉਹਦੀ ਮੰਮਾ ਜੀ ਨੇ ਕਿਹਾ ਸੀ ਉਹ ਜਿੱਕਰ ਅਸੀਂ ਬੋਲ ਪਗਾਉਂਦੇ ਬੂਟਾ ਲਾਵਾਂਗੇ ਚੱਲ ਵੀ ਤੇ ਪਰਮਾਤਮਾ ਸੁਣੂਗਾ ਖਬਰ ਸਾਡਾ ਮੁੜ ਕੇ ਆ ਜੇ ਹੀਰਾ ਸੀ ਉਹ ਤਾਂ ਸਾਡੇ ਪਿੰਡ ਵਾਸਤੇ ਹੀਰਾ ਹੀ ਮੱਚ ਗਿਆ ਸਾਡਾ ਕੀ ਕਹਿ ਕੇ ਬੁਲਾਉਂਦਾ ਸੀ ਤੁਹਾਨੂੰ ਮਾਤਾ ਜੀ ਬੁਲਾਉਂਦਾ ਸੀ ਕਹਿ ਕੇ ਬਸ ਕਹਿ ਦਿੰਦਾ ਮਾਤਾ ਜੀ ਪਰਵਾਹ ਨਾ ਕਰਿਓ ਕਿਸੇ ਗੱਲ ਦੀ ਵਧੀਆ ਖੇਡਦਾ ਸਾਡੇ ਘਰਾਂ ਕੋਲੇ ਜਾ ਕੇ ਗਰਾਊਂਡ ਬਣਿਆ ਹੋਇਆ ਉੱਥੇ ਖੇਡਦਾ ਹੁੰਦਾ ਸੀ ਰੋਜ਼ ਹੀ ਮੰਗੂ ਮਿਲਦਾ ਸੀ ਕਹਿੰਦੇ ਮੈਂ ਹੁਣੇ ਅੰਦਰ ਸੁਣ ਰਹੀ ਸੀ ਉਹਨਾਂ ਦਾ ਨਾਮ ਗੱਗੂ ਸੀ ਗੱਗੂ ਹਾਂ ਗੱਗੂ ਕਹਿ ਕੇ ਬੁਲਾ ਲੈਂਦੇ ਬਸ ਚੌੜ ਕਰਦੇ ਜਿਵੇਂ ਕੋਈ ਉਹ ਕਰਦਾ ਦੂਜਾ ਨਾਂ ਸਿੱਧੂ ਨੂੰ ਲੈਂਦੇ ਨੀ ਸੀ ਇਸ ਤਾਂ ਗੱਗੂ ਹੀ ਕਹਿੰਦੇ ਹੁੰਦੇ ਕੀ ਕਹਿੰਦੇ ਬੀਬੀ ਗੱਗੂ ਕਾ ਹੁਣ ਪਤਾ ਲੱਗਾ ਸੀ ਸਾਨੂੰ ਉਹਦੇ ਪੱਕੇ ਨਾਂ ਦਾ ਤੁਸੀਂ ਤਾਂ ਗੱਗੂ ਕਹਿ ਕੇ ਬੁਲਾਉਂਦੇ ਸੀ ਕੀ ਆਖਰੀ ਸਮੇਂ ਤੁਸੀਂ ਕਦੋਂ ਮਿਲੇ ਸੀ ਉਹਨਾਂ ਨੂੰ ਸਾਡੇ ਤਾਂ ਬੱਚੇ ਜਿਹੜੇ ਨਾ ਨੀ ਮਾਤਾ ਜੀ ਦੇ ਸਕੂਲ ਸੀ ਉੱਥੇ ਬੱਚੇ ਪੜ੍ਹਦੇ ਸੀ ਇਸ ਤਾਂ ਪਹਿਲੇ ਦਿਨ ਨੂੰ ਜਾਂਦੇ ਸੀ ਛੋਟਾ ਜਿਹਾ ਸੀਗਾ ਸਾਡੇ ਬੱਚੇ ਉਹਨਾਂ ਨੇ ਮਾਤਾ ਜੀ ਕੋਲੇ ਪੜ੍ਹੇ ਨੇ ਪਹਿਲਾਂ ਫਿਰ ਵੱਡੇ ਹੋਏ ਨੇ ਜਿਹਦੇ ਬਾਹਰੋਂ ਆਉਂਦਾ ਸਾਡੇ ਬੱਚਿਆਂ ਨਾਲ ਚੌੜ ਕਰਦਾ ਉਹਨਾਂ ਤੋਂ ਚੀਜ਼ਾਂ ਖਾਉਂਦਾ ਉਹ ਕਰਦਾ ਖੇਡਦਾ ਬਾਹਲਾ ਮੋਹ ਸੀ ਸਾਡਾ ਤਾਂ ਸਾਡਾ ਉਹਦੇ ਦਾ ਕੋਈ ਜੱਗ ਤੇ ਜੀ ਨੀ ਲੱਗਦਾ ਉਹਦੇ ਤਵੀਆਂ ਕੱਢ ਕੇ ਆਇਆ ਗਾ ਵਾਹਣ ਵਾਹੀ ਗਿਆ ਸਾਰਾ ਦਿਨ ਇੱਕ ਦਿਨ ਪਹਿਲਾਂ ਤਾਂ ਮੁੱਕਣ ਤੋਂ ਪਤਾ ਲੱਗਿਆ ਬੀਬੀ ਦਿਨ ਦਿਹਾੜੇ ਜਵਾਕ ਚਲਾ ਗਿਆ ਉਦੋਂ ਸਾਨੂੰ ਤਾਂ ਜਮਾ ਵਿਆਹ ਇਸ ਤੋਂ ਪਤਾ ਲੱਗਿਆ ਨੈਟਾਂ ਤੋਂ ਸਾਨੂੰ ਉਹ ਨਹੀਂ ਪਤਾ ਲੱਗਿਆ ਜਦੋਂ ਫੋਟੋ ਆ ਗਈਆਂ ਸਾਨੂੰ ਤਾਂ ਉਦੋਂ ਪਤਾ ਲੱਗਿਆ ਉਦੋਂ ਕਢਾਏ ਸੀ ਵਿਆਹ ਉਹ ਹੋ ਜੂਗਾ ਵੀ ਖਬਰ ਆ ਵੀ ਗੋਲੀਆਂ ਵੱਜੀਆਂ ਹੋਣਗੀਆਂ ਚਲ ਠੀਕ ਹੋ ਜੂਗਾ ਐ ਕਿਹੜਾ ਹੁਣ ਪਤਾ ਸੀਗਾ ਅੱਜ ਬੀਬੀ ਉਹ ਹੁੰਦੇ ਤਾਂ ਅੱਜ ਜਵਾਕ ਨੇ 29 ਸਾਲਾਂ ਦਾ ਹੋਣਾ ਸੀ ਹਾਂਜੀ ਹੋਣਾ ਸੀ ਹਾਂ ਸਾਨੂੰ ਤਾਂ ਬਾਹਲਾ ਘਾਟਾ ਪੈ ਗਿਆ ਸਾਡੇ ਪਿੰਡ ਨੂੰ ਇਹਦੇ ਬਿਨਾ ਪੂਰਾ ਹੀ ਘਾਟਾ ਪੈ ਗਿਆ ਸਾਰਾ ਦਿਨ ਸਾਡੇ ਕੋਲ ਹੀ ਰਹਿੰਦਾ ਸੀ ਹਾਂ ਉਹ ਲੱਗਦਾ ਹੀ ਨਹੀਂ ਸੀ ਸਾਨੂੰ ਲੱਗਦਾ ਨਹੀਂ ਸੀ ਵੀ ਗਾਇਕ ਸਾਨੂੰ ਤਾਂ ਆਮ ਹੀ ਲੱਗਦਾ ਸੀ ਵੀ ਆਮ ਹੀ ਗੱਗੂ ਫਿਰਦਾ ਸਾਡਾ ਖਾਸ ਹੋ ਕੇ ਵੀ ਆਮ ਬਣ ਕੇ ਰਹਿੰਦਾ ਸੀ ਤੁਹਾਡੇ ਬਸ ਹਾਂ ਸਾਡੇ ਚ ਵੀ ਫਾਣ ਫੂਣ ਬਹੁੰਦਾ ਹੁੰਦਾ ਵੀ ਸੰਦ ਲਿਆ ਆਉਂਦਾ ਸੰਦ ਛੱਡਿਆ ਆਉਂਦਾ ਉਹ ਘਰਾਂ ਦੇ ਕੋਲੇ ਉੱਧਰ ਹੀ ਅੱਠੋ ਪੈਰੀ ਸਾਡੇ ਕੋਲ ਹੀ ਰਹਿੰਦਾ ਸੀ ਹਾਂ ਸਾਨੂੰ ਤਾਂ ਬਹੁਤ ਵਧੀਆ ਲੱਗਦਾ ਸੀ ਹਾਂ ਸਾਨੂੰ ਜਿੱਥੇ ਵੀ ਕੋਈ ਅਸੀਂ ਮੂਸੇ ਦਾ ਨਾਂ ਲੈ ਲੈਂਦੇ ਸੀ ਸਾਨੂੰ ਹੱਸ ਕੇ ਬੁਲਾਉਂਦਾ ਸੀ ਅਗਲਾ ਰਿਕ ਹੁਣ ਸਾਨੂੰ ਬਾਹਲਾ ਘਾਟਾ ਪੈ ਗਿਆ ਮੂਸੇ ਨੂੰ ਸਾਡੇ ਬੀਬੀ ਸਾਰੇ ਜਾਣੇ ਬੂਟੇ ਲੈ ਕੇ ਚੱਲੇ ਹੋ ਕਿੱਥੇ ਲਾਉਂਗੇ ਤੁਸੀਂ ਇਹ ਬੂਟੇ ਘਰੇ ਲਾਵਾਂਗੇ ਜਿਵੇਂ ਉਹਨਾਂ ਦੇ ਮੰਮੀ ਕਹਿ ਰਹੇ ਨੇ ਕਿ ਬੂਟਾ ਇੱਕ ਇੱਕ ਬੂਟਾ ਮੇਰੇ ਜਵਾਕ ਦੇ ਨਾਂ ਦਾ ਲਾਓ ਮੇਰੇ ਪੁੱਤ ਦੇ ਨਾਂ ਦਾ ਲਾਓ ਹਾਂਜੀ ਸਾਡਾ ਜੀ ਨਾਂ ਰੋਸ਼ਨ ਕਰਿਆ ਸੀ ਉੱਥੋਂ ਚੱਲਿਆ ਹੌਸਲਾ ਰੱਖੋ ਬੀਬੀ ਜੀ ਉਹੀ ਗੱਲ ਹੈ ਐਡੀ ਹਵੇਲੀ ਜਿਹੜੀ ਖਾਲੀ ਹੋ ਗਈ ਹੈ ਮਾਂ ਪਿਓ ਉੱਥੇ ਬੈਠੇ ਆ ਹਾਂਜੀ ਮੈਂ ਕਿਹਾ ਸਭ ਕੁਛ ਹੀ ਗਿਆ ਦੁਨੀਆ ਹੀ ਖਤਮ ਹੋ ਗਈ ਬਸ ਮੈਂ ਇਟਲੀ ਤੋਂ ਆਇਆ 11.5 ਸਾਲਾਂ ਬਾਅਦ ਇੰਡੀਆ ਬਾਈ ਨੂੰ ਮਿਲਣਾ ਮੇਰਾ ਇੱਕ ਡ੍ਰੀਮ ਸੀ ਤੇ ਬਾਈ ਦੇ ਨਾਂ ਦੇ ਟੈਟੂ ਹੀ ਰਹੇ ਟੈਟੂ ਤੁਸੀਂ ਹੁਣ ਕਰਵਾਇਆ ਨਾ ਜਾਣ ਮਗਰੋਂ ਹਾਂਜੀ ਹੁਣ ਕਰਵਾਇਆ ਉੱਥੇ ਵੀ ਬਰਥਡੇ ਕੇਕ ਕੱਟਦੇ ਹੁੰਦੇ ਸੀ ਇਟਲੀ ਚ ਅਸੀਂ ਆਏ ਸਾਲ ਕੇਕ ਕੱਟਦੇ ਸਾਰੀਆਂ ਵੀਡੀਓ ਸਾਡੇ ਕੋਲ ਉਵੇਂ ਆ ਬਾਈ ਸਭ ਕੁਛ ਸੀ ਸਾਡਾ ਓਕੇ ਜੀ ਧੰਨਵਾਦ ਤਾਂ ਜਿੱਦਾਂ ਕਿ ਤੁਸੀਂ ਦੇਖਿਆ ਉਹਨਾਂ ਦੇ ਸਿੱਧੂ ਮੂਸੇ ਵਾਲੇ ਦੇ ਪਿੰਡ ਦੀਆਂ ਬੀਬੀਆਂ ਸੀਗੀਆਂ ਮਾਤਾਵਾਂ ਸੀ ਉਹਨਾਂ ਦਾ ਕਹਿਣਾ ਸੀ ਕਿ ਇੰਨਾ ਖਾਸ ਹੋ ਕੇ ਵੀ ਸਾਡੇ ਨਾਲ ਆਮ ਬਣ ਕੇ ਰਹਿੰਦਾ ਸੀ ਅਸੀਂ ਅਜਿਹਾ ਪੁੱਤ ਗਵਾਲਿਆ ਆਪਦੇ ਪਿੰਡ ਤਾਂ ਜੋ ਘਾਟਾ ਨਾ ਪੂਰਾ ਹੋਣ ਵਾਲਾ ਘਾਟਾ ਇਹ ਸਿਰਫ ਆਪਦੇ ਮਾਪਿਆਂ ਦਾ ਹੀ ਪੁੱਤ ਨਹੀਂ ਸੀ ਸਾਡਾ ਵੀ ਪੁੱਤ ਸੀ ਸਾਰਿਆਂ ਦੀਆਂ ਅੱਖਾਂ ਭਰੀਆਂ ਹੋਈਆਂ ਕੰਬਦੀ ਆਵਾਜ਼ ਚ ਸਾਡੇ ਨਾਲ ਗੱਲ ਕਰ ਰਹੇ ਨੇ ਤੇ ਇਨਸਾਫ ਦੀ ਮੰਗ ਕਰਦੇ ਕੈਮਰਾਮੈਨ ਦਵਿੰਦਰ ਦੇ ਨਾਲ ਸੀ ਰਤਸੰਧੂ ਸਤਿ ਸ਼੍ਰੀ ਅਕਾਲ